ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ। ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਮਿਹਨਤਾਂ ਕਾਸ਼ਾਂ ਕਰਕੇ ਖੂਬਸੂਰਤ ਔਰ ਲਾਜਵਾਬ ਵੀਡੀਓ ਲੈ ਕੇ ਹਾਜ਼ਰ ਹੁਣਾ। ਲੈਣੇ ਦੇਣੇ ਦੋਸਤੋ ਨਸੀਬ ਹੁੰਦੇ ਨੇ ਤੇ ਸੌਦਾ ਮੁਕਦਰਾਂ ਦਾ ਹੁੰਦਾ ਹੈ। ਜਾਨਵਰ ਹਮੇਸ਼ਾ ਕੋਸ਼ਿਸ਼ ਕਰਕੇ ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਲਾਜਵਾਬ ਔਰ ਅੱਛਾ ਲੈ ਕੇ ਹਾਜ਼ਰ ਹੁਣਾ। ਔਰ ਮੇਰੇ ਵੀਰ ਭਰਾ ਦੋਸਤ ਜਿਹੜੇ ਕਹਿੰਦੇ ਨੇ ਗਰਮੀ ਸਰਦੀ ਦੀ ਸ਼ਹਿਜ਼ਾਦੀ ਹੋਵੇ, ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਗਰਮੀ ਸਰਦੀ ਦੀ ਸ਼ਹਿਜ਼ਾਦੀ ਵੈੜ ਲੈਣੇ ਦੇਣੇ ਮੁਕੱਦਰ ਸੌਦੇ ਦੋਸਤੋ ਨਸੀਬਾਂ ਦੇ ਨੇ। ਬੰਦੇ ਦੇ ਮੱਥੇ ਜਿੰਨੀ ਉੱਚੀ ਜਨਾਬ, ਔਰ ਟੋਟਲ ਚੋਲਸਤਾਨ ਦੇ ਵਿੱਚ ਫਰੀਜ਼ੀਅਨ ਦਾ ਕ੍ਰਾਸ ਹੈ, ਸਿਰੋ ਦੋਸਤੋ ਮੋਨੀ ਹੈ, ਰੋਗ ਰੋਗ ਦਾ ਸ਼ਾਹ ਕਾਲਾ ਥਣ ਲੱਗਿਆ ਹੈ। ਇਹ ਪਹਿਲਣ ਹੈ, ਇਹ ਜਾਂ ਦੂਜਣ ਹੈ, ਇਹ ਸਾਰੀਆਂ ਗੱਲਾਂ ਸਦੀਰ ਬਾਈ ਤੋਂ ਪੁੱਛੀਆਂ ਜਾਣਗੀਆਂ। ਮਗਰ ਦੋਸਤੋ ਚੋਲਸਤਾਨੀ ਵੱਛੀ ਹੈ, ਭਾਈ ਜਾਨ ਛੱਡ ਕੇ ਟੋਰੋ। ਗਾਂ ਦਾ ਕੱਦ ਕਾਠ ਮੈਂ ਆਪਣੇ ਵੀਰਾਂ ਦੱਸਦਾ ਜਾਵਾਂ, ਸ਼ਾਇਦ ਵੀਡੀਓ 'ਚ ਛੋਟੀ ਲੱਗੇ ਜਾਂ ਪੂਰੀ ਕੱਦ ਹੀ ਲੱਗੇ। ਕੱਦ ਚੰਗਾ ਹੈ ਵੀਡੀਓ ਦੇ ਵਿੱਚ ਤਾਂ ਵਾਅਦਾ ਕਰਦਾ ਪਿਆ, ਛੋਟਾ ਕੱਦ ਹੋਵੇ ਤਾਂ ਮੈਂ ਆਪਣੇ ਵੀਰਾਂ ਦੱਸ ਦਿੰਦਾ ਉਹਨਾਂ ਛੋਟਾ ਕੱਦ ਹੈ। ਤੁਹਾਨੂੰ ਵਿਖਾ ਦਿਓ ਕੈਮਰਾਮੈਨ ਸਾਹਿਬ ਪੂਰੀ ਗਿੱਠ ਦਾ, ਔਰ ਜਨਾਬੇ ਲਈ ਅੱਗੇ ਕੰਬਲ ਵੇਖਣ ਲਮਕਦਾ ਪਿਆ ਜਨਾਬੇ ਲੱਤਾਂ ਦੇ ਥੱਲੇ ਜਨਾਬੇ ਲਈ ਗਿੱਠ। ਔਰ ਜਨਾਬ ਮੇਰੇ ਵੀਰ ਭਰਾ ਦੋਸਤ ਵੇਖਣ, ਇਹਨਾਂ ਨੂੰ ਕਹਿੰਦੇ ਨੇ ਗਰਮੀ ਸਰਦੀ ਦੇ ਸ਼ਹਿਜ਼ਾਦੇ ਜਾਨਵਰ। ਇਹ ਮੱਝ ਦੀ ਮੱਝ ਹੋਏਗੀ, ਗਾਂ ਦੀ ਗਾਂ ਹੋਏਗੀ, 10 ਲੱਖ ਵਾਲੀ ਗਾਂ ਵੀ ਇੰਨਾ ਦੁੱਧ ਨਹੀਂ ਦੇ ਸਕੇਗੀ, ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਜਿੰਨਾ ਵੈੜ ਦੇਗੀ। ਮੇਰੇ ਜਿਹੜੇ ਵੀਰ ਭਰਾ ਦੋਸਤ ਨੇ ਟੌਪ ਦੇ ਫਾਰਮਰ ਨੇ, ਉਹ ਚਾਹੁੰਦੇ ਨੇ ਗਰਮੀ ਤੇ ਸਰਦੀ ਦਾ ਸ਼ਹਿਜ਼ਾਦਾ ਜਾਨਵਰ ਲੱਭੇ। ਇਹਦੀਆਂ ਬਰੀਡਾਂ ਕਰਾਉਣ ਲੱਗਿਆ ਦੋਸਤੋ, ਇਹ 4-4, 5-5 ਸਾਲ ਲੰਘ ਜਾਂਦੇ ਨੇ, ਫਿਰ ਜਾਂ ਫਾਰਮ ਦੇ ਵਿੱਚ ਇਹਦੀਆਂ ਬਰੀਡਾਂ ਤਿਆਰ ਹੁੰਦੀਆਂ ਨੇ। ਔਰ ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਔਰ ਪੂਰੇ ਤਾਰਫ ਕਰਾਏ ਨੇ ਜਾਨਵਰਾਂ ਦੇ, ਔਰ ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਲਾਜਵਾਬ ਔਰ ਕਮਾਲ ਦੇ ਜਾਨਵਰ ਲੈ ਕੇ ਹਾਜ਼ਰ ਹੋਈਦੇ ਨੇ ਕਿ ਜਿਹੜੇ ਸਾਡੇ ਪਾਕਿਸਤਾਨ ਦੇ ਵਿੱਚ ਟੈਂਪਰੇਚਰ ਝੇਲਣ। ਮਾੜੇ ਤੋਂ ਮਾੜਾ ਬੰਦਾ ਵੀ ਮੇਰਾ ਭਰਾ ਦੋਸਤ ਜਿਹੜਾ ਜਾਨਵਰ ਰੱਖ ਸਕੇ ਘਰ ਦੇ ਵਿੱਚ, ਇਹ ਨਹੀਂ ਕਿ ਉੱਥੇ ਸ਼ਾਵਰ ਲਾਣੇ ਪੈਣ ਜਾਂ ਜਨਾਬੇ ਲਈ ਔਰ ਜਨਾਬੇ ਲਈ ਮੁੰਡੇ ਦੇ ਮੱਥੇ ਜਿੱਡਾ ਉੱਚਾ ਕੱਦ ਵੈੜ ਦਾ ਮੇਰੇ ਵੀਰ ਭਰਾ ਦੋਸਤ ਵੇਖਦੇ ਪਏ ਨੇ। ਛੋਰ ਦੇ ਮੱਥੇ ਜਿੰਨੀ ਉੱਚੀ, ਭਾਈ ਸਦੀਰ ਦੇ ਲਾਮ ਵੱਛੀ ਦੀ ਵੇਖ ਲੈਣ ਜਿੰਨੀ ਵੀਡੀਓ 'ਚ ਵਾਧਾ ਨਜ਼ਰ ਆ ਰਹੀ ਹੈ। ਇਹ ਕੋਈ ਜ਼ੂਮ ਕਰਕੇ ਨਹੀਂ ਬਣ ਰਹੀ ਵੀਡੀਓ, ਬਿਲਕੁਲ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਰੀਜਨਲ ਵੀਡੀਓ ਬਣ ਰਹੀ ਹੈ। ਔਰ ਇਹ ਜੇ ਕੰਮ ਰੀਜਨਲ ਸਿਰਫ ਔਰ ਸਿਰਫ ਤੁਹਾਡਾ ਦੇਸ਼ ਪੰਜਾਬ ਵੀ ਤੁਹਾਨੂੰ ਕਰਾਉਂਦਾ ਹੈ, ਬਿਲਕੁਲ ਖਾਲਸ ਔਰ ਜਨਾਬੇ ਲਈ ਬਿਲਕੁਲ ਆਰਡਰ ਕੁਆਲਿਟੀ ਦੁੱਧ ਵਾਲਾ ਨਜ਼ਰ ਆ ਰਿਹਾ ਹੈ। ਔਰ ਗਰਮੀ ਸਰਦੀ ਦੀ ਸ਼ਹਿਜ਼ਾਦੀ ਗਾਂ ਲੈਣੇ ਦੇਣੇ ਨਸੀਬ ਸੌਦੇ ਦੋਸਤ ਮੁਕੱਦਰਾਂ ਦੇ ਨੇ। ਔਰ ਮੈਂ ਆਪਣੇ ਵੀਰਾਂ ਨੂੰ ਦਿਖਾਵਾਂਗਾ ਲਾਜਵਾਬ ਔਰ ਜਵਾਨ ਜਾਨਵਰ ਲੈ ਕੇ ਹਾਜ਼ਰ ਹੋਈਦਾ। ਇਹ ਨਹੀਂ ਲੈ ਕੇ ਹਾਜ਼ਰ ਹੋਈਦਾ ਕਿ 7ਵਾਂ-7ਵਾਂ ਸੂਆ, 8ਵਾਂ-8ਵਾਂ ਸੂਆ ਹੋਵੇ ਤੇ ਪਹਿਲਾ ਜਾਂ ਦੂਜਾ ਦੱਸੀਏ। ਜਿਹੜੇ ਗਾਂ ਨੂੰ ਸਮਝਦੇ ਨੇ ਉਹ ਗਾਂ ਦੇ ਮੇਰੇ ਵੀਰ ਭਰਾ ਦੋਸਤ ਸਾਰੇ ਯਾਰ ਸਮਝਦੇ ਪਏ ਨੇ। ਔਰ ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ YouTube ਤੇ ਜਿਹੜੀ ਵੀਡੀਓ ਆਪਣੀ ਅਪਲੋਡ ਕੀਤੀ ਹੈ ਅੱਲਾ ਦੇ ਫਜ਼ਲ ਨਾਲ ਉਸੇ ਵੇਲੇ ਜਾਨਵਰ ਸੇਲ ਹੁੰਦਾ ਹੈ। ਔਰ ਸਭ ਤੋਂ ਵੱਡਾ ਗੱਲ ਇਹ ਕਿ ਸਾਫ਼ ਕੰਮ ਕਰਾਂਗੇ, ਇਨਸ਼ਾਅੱਲਾ ਤਾਲਾ ਮਿਆਰ ਬਣੇਗਾ। ਜੇ ਗਲਤ ਕਰਾਂਗੇ ਕਿਸੇ ਬੰਦਾ ਕਿਸੇ ਦਾ ਕੁਛ ਨਹੀਂ ਲੈਂਦਾ ਦੋਸਤੋ, ਆਪਣਾ ਆਪ ਗੁਆਦਾ ਹੈ। ਹਮੇਸ਼ਾ ਤੋਂ ਮਿਆਰ ਦੇ ਮੁਤਾਬਕ ਰਹਿੰਦੇ ਹੋਏ ਜਾਨਵਰ ਆਪਣੇ ਵੀਰਾਂ ਦਿਖਾਈਦਾ ਔਰ ਤਸੱਲੀਆਂ ਕਰਾਈਦੀਆਂ ਨੇ। ਇਹ ਜਨਾਬੇ ਲਈ ਭਾਈ ਸਦੀਰ ਪਹਿਲਣ ਪਹਿਲਣ ਭਾਈ ਪਹਿਲਣ ਦੋਸਤੋ, ਮੂੰਹ ਕਿਵੇਂ? ਮੂੰਹ ਚੌਗੀ ਪਹਿਲਾ ਸੂਆ ਸੂਈ ਜਨਾਬ, ਪਹਿਲਣ ਵੈੜ ਤੇ ਜਨਾਬ ਮੂੰਹ ਚਾਰ ਦੰਦ। ਪਹਿਲਾ ਨਾਰਾ ਚੋਂਦੇ ਪਿਆ ਕੇ ਸੀਲ ਸੌ ਚੈੱਕ ਕੀਤੀ ਹੈ ਨਾ? ਹਾਂਜੀ, ਸੀਲ ਸੌ ਕੀਤੀ ਹੈ ਕਿ ਤਕਰੀਬਨ 3-3.5 ਲੀਟਰ ਦੁੱਧ ਕੱਢਦਾ। 3.5 ਲੀਟਰ ਬੋਲਾ ਪਹਿਲੇ ਕੱਢ ਵੀ ਚੁੱਕੇ ਨੇ, ਸੀਲ ਸੌ ਚੈੱਕ ਵੀ ਕੀਤੀ ਹੈ। ਬੱਚੇ ਨੂੰ ਵੀ ਮੈਨੂੰ ਲੱਗਦਾ ਪੁਆਇਆ ਬੱਚਾ, ਹੁਣ ਥੱਲੇ ਨਹੀਂ ਉਵੇਂ ਚੁੰਘਦਾ ਨਹੀਂ ਪਿਆ। ਐ ਮੇਰੇ ਵੀਰਾਂ ਪ੍ਰਮ ਬਾਲਟੀ ਮੋਦੀ ਕਰ ਲਈ ਪਈ ਹੈ ਨਿੱਕੇ ਵੀਰ, ਚੱਲ ਵੱਛੀ ਹੈ ਭਾਈ, ਮਗਰ ਵੱਛੀ ਹੈ, ਵੱਛੀ ਜਨਾਬ ਦੇ ਦੇ ਜੀ ਹੋਈ ਹੈ। ਸਾਰੇ ਥਣਾਂ ਦੇ ਵਿੱਚ ਉਹਨਾਂ ਚੰਨੀ ਤਾਰਾਂ ਮਾਰ ਕੇ ਵਿਖਾਏ। ਐ
ਚੁਆ ਵੇਖਣ ਅੱਲਾ ਉਹਦੀ ਆਵਾਜ਼ਾਂ ਪੀ ਆਉਂਦੀਆਂ ਨੇ ਇਹ ਜੇ ਚੁਆ ਇਹ ਜੇ ਅੱਲਾ ਦੇ ਕੋਲ ਸੋਹਣੇ ਸੁਥਰੇ ਚੁਆ ਹਰ ਗਾਂ ਨੂੰ ਲੱਗਣ ਦੇ ਅਸੀਂ ਜਿਵੇਂ 6 ਇੰਚ ਦਾ ਪੈਪ ਖੋਲ ਗਿਆ ਜਨਾਬੇ ਲਈ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਇਨਸ਼ਾਅੱਲਾ ਤਾਲਾ ਇਹ ਜਿੰਨਾ ਵੀ ਫਜ਼ਲ ਦੇ ਅੱਲਾ ਦੇ ਕਰਮ ਦੇ ਨਾਲ ਇਨਸ਼ਾਅੱਲਾ ਤਾਲਾ ਜਿੰਨਾ ਵੀ ਮੇਰੇ ਵੀਰ ਦੁੱਧ ਚੋ ਲੈਣਗੇ ਗਾਂ ਥੱਲੋਂ ਓਨਾ ਹੀ ਜਿੰਨਾ ਪਾਵਣਗੇ ਓਨਾ ਹੀ ਚੋ ਲੈਣਗੇ ਔਰ ਇੱਕ ਟਾਈਮ ਅਗਰ 10 ਕਿਲੋ ਜਾਂ 15 ਕਿਲੋ ਹੈ 5 ਮਿੰਟਾਂ 'ਚ ਚੋ ਕੇ ਗਾਂ ਦੇ ਥੱਲੋਂ ਉੱਠਣਗੇ ਮੇਰੇ ਭਰਾ ਚੁਆ ਹਰ ਗੱਲ ਮੈਂ ਆਪਣੇ ਵੀਰਾਂ ਦਿਖਾ ਰਿਹਾ ਲੈਣ ਦੇਣ ਹੁੰਦਾ ਮੁਕਦਰਾਂ ਦਾ ਦੋਸਤੋ ਸੌਦੇ ਨਸੀਬਾਂ ਦਿੰਦੇ ਨੇ ਕੈਮਰਾਮੈਨ ਸਭ ਇੱਕ ਇੱਕ ਚੀਜ਼ ਮੇਰੇ ਵੀਰਾਂ ਦਿਖਾ ਰਹੇ ਨੇ ਔਰ ਇੱਕ ਇੱਕ ਚੀਜ਼ ਦੀਆਂ ਤਸੱਲੀਆਂ ਕਰਾਉਣਾ ਸੀ ਆਪਣਾ ਹੱਕ ਆਪਣਾ ਫਰਜ਼ ਸਮਝਦੇ ਆ ਇੰਨੀ ਅਸੀਲ ਕੋਈ ਅੱਗੋਂ ਬੰਦਾ ਫੜੀ ਨਹੀਂ ਖੜਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਔਰ ਪੂਰੀਆਂ ਅਸੀਲਤਾਂ ਮੇਰੇ ਵੀਰਾਂ ਦੇ ਸਾਹਮਣੇ ਨੇ ਤਸੱਲੀਆਂ ਕਰ ਰਹੇ ਮੇਰੇ ਵੀਰ ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਚੁਆ ਬੜਾ ਲਾਜਵਾਬ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਗਰਮੀ ਸਰਦੀ ਦੀ ਸ਼ਹਿਜ਼ਾਦੀ ਹੈ ਜਿਹੜੇ ਮੇਰੇ ਵੀਰ ਕਹਿੰਦੇ ਨੇ ਇਹਨਾਂ 'ਚ ਗਰਲ ਜਿੱਡਾ ਗਰਲੈਂਡੋ ਦਾ ਕੱਦ ਹੁੰਦਾ ਨਾ ਅੱਲਾ ਦੇ ਫਜ਼ਲ ਨਾਲ ਇਸ ਚੋਲਸਤਾਨੀ ਵਹਿੜ ਦਾ ਉੱਡਾ ਹੈ ਔਰ 100 ਚੋਂ 1 ਅੱਧੀ ਗਾਂ ਚੋਲਸਤਾਨੀ ਐਡੇ ਕੱਦਾਂ ਗੇ ਜੰਮਦੀਆਂ ਨੇ ਰੋਜ਼ 200 ਨਹੀਂ ਲੱਭਦੀਆਂ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ 100% ਜਿਹੜਾ ਸੁੱਚਾ ਅਤੇ ਸਾਫ਼ ਜਾਨਵਰ ਹੁੰਦਾ ਆਪਣੇ ਵੀਰਾਂ ਦੇ ਭਰਾਵਾਂ ਅਤੇ ਦੋਸਤਾਂ ਨੂੰ ਲੈ ਕੇ ਉਹ ਹਾਜ਼ਰ ਹੋਈਦਾ ਕੋਈ ਐਬ ਹੋਵੇ ਕੋਈ ਨੁਕਸ ਹੋਵੇ ਪਹਿਲੀ ਗੱਲ ਇਹ ਕਿ ਤੁਹਾਡਾ ਦੇਸ਼ ਪੰਜਾਬ ਟੀਵੀ ਦੀ ਉਹ ਵੀਡੀਓ ਬਣਾਉਂਦਾ ਹੀ ਨਹੀਂ ਹੁੰਦੀ ਅਤੇ ਨਾ ਉਹ ਵੀਡੀਓ ਦੀ ਤੁਹਾਡੇ ਵੀਰਾਂ ਦੇ ਚੈਨਲ ਦੀ ਉਹ ਜ਼ੀਨਤ ਬਣਦਾ ਸਿਰਫ ਔਰ ਸਿਰਫ ਜਿਹੜਾ ਖਰਾ ਔਰ ਲਾਜਵਾਬ ਹੋਵੇ ਉਹ ਤੁਹਾਡਾ ਦੇਸ਼ ਪੰਜਾਬ ਟੀਵੀ ਦੀ ਵੀਡੀਓ ਦੀ ਜ਼ੀਨਤ ਬਣਦਾ ਔਰ ਉਹੀ ਵੀਰਾਂ ਨੂੰ ਦਿਖਾਈਦਾ ਲੈਣ ਦੇਣ ਮੁਕਦਰਾਂ ਦਾ ਸੌਦੇ ਦੋਸਤ ਨਸੀਬਾਂ ਦੇ ਨੇ ਚੁਆ ਬੈਠ ਦਾ ਲਾਜਵਾਬ ਪਸਮਾ ਮਾਸ਼ਾਅੱਲਾ ਲਾਜਵਾਬ ਔਰ ਪਹਿਲਣ ਹੋ ਕੇ ਇਹਦੀਆਂ ਅਸੀਲਤਾਂ ਕਰੋੜਾਂ 'ਚ ਇੱਕ ਅੱਧੀ ਗਾਂ ਦੀ ਹੁੰਦੀਆਂ ਦੋਸਤੋ ਵੱਛੀ ਨੂੰ ਪੂਰਾ ਤੱਕਣਾ ਪੂਰਾ ਵੇਖਣਾ ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਆਪਣੇ ਵੀਰਾਂ ਵਾਸਤੇ ਕੋਸ਼ਾਂ ਕਾਫਸ਼ਾਂ ਕਰਕੇ ਔਰ ਸੁਥਰਾ ਜਾਨਵਰ ਲੈ ਕੇ ਹਾਜ਼ਰ ਹੋਈਦਾ ਪਾਰਟੀ ਅੱਲਾ ਚੁਰਾਏ ਪਾਰਟੀ ਬਦਲ ਦੇ ਯਾਰ ਸਦੀਰ ਭਾਈ ਮਾਸ਼ਾਅੱਲਾ ਮਾਸ਼ਾਅੱਲਾ ਮੈਂ ਆਪਣੇ ਵੀਰਾਂ ਨੂੰ ਦੱਸਿਆ ਖਾਲਸ ਦੁੱਧ ਵਾਲਾ ਵਨ ਹੈ ਜਦੋਂ ਗਾਏ ਨੇ ਚੁੱਪ ਜਾਣਾ ਅੱਲਾ ਦੇ ਹੁਕਮ ਨਾਲ ਮੇਰੇ ਵੀਰਾਂ ਨੇ ਵੇਖਣਾ ਬਿਲਕੁਲ ਇੱਕ ਕਿਤਾਬ ਬਣ ਜਾਣਾ ਉੱਥੇ ਅੱਗੇ ਰੱਖ ਦਿਓ ਪੌੜੀ ਦੇ ਕੋਲੇ ਰੱਖ ਦਿਓ ਪੌੜੀ ਦੇ ਪੌਡੇ ਦੇ ਨਾਲ ਰੱਖ ਦੇ ਮੇਰਾ ਭਰਾ ਪੂਰਾ ਚੁਆ ਬਾਲਟੀ ਮੁੱਦੀ ਕਰਕੇ ਵਿਖਾਈ ਸੀ ਨਾ ਬਾਊ ਚਲ ਠੀਕ ਹੈ ਮੇਰਾ ਭਰਾ ਠੀਕ ਹੈ ਚੋਈ ਜਾ ਮੇਰੀ ਜਾ ਪੂਰੀਆਂ ਤਸੱਲੀਆਂ ਮੈਂ ਆਪਣੇ ਵੀਰਾਂ ਨੂੰ ਕਰਾ ਰਿਹਾ ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਚੁਆਈ ਕਮਾਲ ਦੀ ਔਰ ਵਹਿੜ ਦੀ ਅਸੀਲਤਾ ਬੜੀਆਂ ਪਹਿਲਣ ਵਹਿੜ ਮੂੰਹ ਚਾਰਦਾਂ ਦੇ ਕੱਢਾਂ ਨਹੀਂ ਜੰਮਦੀ ਅਗਲੇ ਸੂਹੇ ਤੀਕਰ ਗਾਂ ਨੇ ਕੱਦ ਵੀ ਕਰਨਾ ਔਰ ਵਜ਼ਨ ਵੀ ਕਰਨਾ ਅੱਲਾ ਦੇ ਹੁਕਮ ਨਾਲ ਫਿਰ ਤਾਂ ਗਾਂ ਦੇ ਐਂ ਨਾ ਬੰਦਾ ਕੰਢ 'ਤੇ ਹੱਥ ਰੱਖਣ ਲੱਗਿਆ ਪਤਾ ਲੱਗੇਗਾ ਕਿ ਕਿਸੇ ਗਾਂ ਦੇ ਬੱਚੇ 'ਤੇ ਕੰਢ 'ਤੇ ਹੱਥ ਰੱਖਦੇ ਪਏ ਹਾਂ ਇਹ ਨਹੀਂ ਕਿ ਜਨਾਬੇ ਲਈ ਬੰਦੇ ਦੇ ਜਨਾਬੇ ਲਈ ਨੇਫੇ 'ਤੇ ਆਵੇ ਇਹ ਅੱਲਾ ਦੇ ਹੁਕਮ ਨਾਲ ਇਸ ਟਾਈਮ ਵੀ ਗਾਂ ਬੰਦੇ ਦੇ ਕੰਨ ਦੀ ਕਰੂੰਬਲ ਤੱਕ ਅੱਲਾ ਦੇ ਹੁਕਮ ਨਾਲ ਆਏਗੀ ਜਿਹੜੇ ਮੇਰੇ ਵੀਰ ਨੇ ਜਿਹੜੇ ਮੇਰੇ ਜਿੱਡੇ ਕੱਦ ਨੇ 6 ਇੰਚ 5 ਫੁੱਟ 6 ਇੰਚ ਕੱਦ ਵਾਲੇ ਬੰਦੇ ਦੇ ਕੰਨ ਦੀ ਕਰੂੰਬਲ ਦੀ ਕਰਾਏਗੀ
ਇਹ ਮੈਂ ਤਸੱਲੀਆਂ ਤਾਂ ਕਰਾਉਂਦਾ ਪਿਆ, ਐਂਚੀ ਐਂਚੀ ਨਾਪ ਕੇ ਵੀਰਾਂ ਦੱਸਦਾ ਪਿਆ ਔਰ ਤਸੱਲੀਆਂ ਕਰਾ ਰਹੇ ਹਾਂ ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ। ਇੱਕ ਇੱਕ ਚੀਜ਼ ਦੀਆਂ ਨਿਚੋੜ ਕੱਢ ਕੇ ਵੀਰਾਂ ਦੱਸੀ ਦੇ ਨੇ, ਲੈਣ ਦੇ ਨੇ ਮੁਕਦਰਾਂ ਦੇ ਨੇ ਦੋਸਤੋ, ਸੌਦੇ ਨਸੀਬਾਂ ਦੇ ਹੁੰਦੇ ਨੇ, ਚੀਜ਼ ਦੀ ਡਿਟੇਲ ਦੱਸਿਆ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਪਤਾ ਚੱਲ ਜਾਂਦਾ ਹੈ। ਤਰੀਫ ਉਹ ਸੱਚੇ ਰੱਬ ਦੀ ਏ ਕਿ ਜਿਹਨੇ ਪੂਰੀ ਦੁਨੀਆ ਬਣਾਈ ਔਰ ਅੱਲਾ ਤਾਲਾ ਨੇ ਹਰ ਚੀਜ਼ ਦੀ ਇੱਕ ਇੱਕ ਅਲੱਦਾ ਅਲੱਦਾ ਵੰਡ ਬਣਾਈ ਏ। ਜਿਵੇਂ ਇੱਕ ਬਾਗ 'ਚ ਵੜ ਜਾਈਏ, ਹਰ ਜਨਾਬੇ ਵਾਲੀ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਹੁੰਦੀ ਏ, ਫੁੱਲ ਇੱਕੋ ਜਿਹੇ ਹੁੰਦੇ ਨੇ ਅੱਲਾ ਦੇ ਹੁਕਮ ਨਾਲ, ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ। ਤੁਹਾਡਾ ਦੇਸ਼ ਪੰਜਾਬ ਟੀਵੀ 'ਤੇ ਜਿਹੜਾ ਜਾਨਵਰ ਲੱਗੇਗਾ ਉਹਦੀ ਖੁਸ਼ਬੂ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਇੱਕ ਲਹਿਦਾ ਹੋਏਗੀ ਔਰ ਉਹ ਖੁਸ਼ਬੂ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਇੱਕ ਜਨਾਬੇ ਲਈ ਆਲਾ ਕਿਸਮ ਔਰ ਜਨਾਬੇ ਲਈ ਲਾਜਵਾਬ ਜਾਨਵਰ ਦੀ ਹੋਏਗੀ। ਮੋਦੀ ਕਰਕੇ ਪੈ ਜਾਣ ਵਿਖਾ ਦਿਆ, ਚਲੋ ਜੀ ਇਹ ਕਹਿਣ ਨੂੰ ਅਗਰ ਕਰ ਲਿਆ ਮੇਰੀ ਜਾਨ, ਉਹ ਬਾਲਟੀ ਦੇ ਨਾਲ ਲਾ ਲੈ ਇੱਥੇ, ਬਾਲਟੀ ਹੋਰ ਕੋ ਨਹੀਂ ਸੀ ਤੂੰ ਥੱਲੇ ਡੋਲੀ ਜਾਂਦਾ ਵੀਰੇ। ਇਹ ਚਲੋ ਜੀ ਅੱਲਾ ਦੇ ਫਜ਼ਲ ਨਾਲ ਜਿੱਦੀ ਗਾਂ ਦੀ ਨਸਲ ਏ ਇਹਦਾ ਹੱਕ ਬਣਦਾ, ਇਹਦਾ ਹੱਕ ਬਣਦਾ ਕਿ ਅੱਲਾ ਦੇ ਹੁਕਮ ਨਾਲ ਪਹਿਲੇ ਸੂਏ 20 ਲੀਟਰ ਦੁੱਧ ਦੇਣਾ। 20 ਤੋਂ 22 ਹੋ ਸਕਦਾ, 20 ਤੋਂ 18 ਨਹੀਂ ਹੋ ਸਕਦਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ, ਕਿਉਂਕਿ ਜਾਨਵਰ ਜਦੋਂ ਚੁੱਪਦਾ ਹੈ ਆਪਦੀ ਨਸਲ ਜ਼ਾਤ ਬਿਆਨ ਕਰ ਦਿੰਦਾ ਹੈ ਪਹਿਲੀਆਂ ਦੇ ਵਿੱਚ ਹੀ। ਇਹਦੇ 'ਚ ਜਿਹੜਾ ਮਰਜ਼ੀ ਇੰਨੇ ਪੇਟ ਦੀ ਸਾਫ਼ ਗਾਏ, ਬ੍ਰਾਹਮਣ ਮੇਰਾ ਵੀਰ ਕੋਈ ਬਰੀਡ ਕਰਨਾ ਚਾਹੇ ਇਸ ਗਾਂ 'ਚ ਕਰ ਸਕਦਾ, ਕਿਹੜੀ ਮਰਜ਼ੀ ਬਰੀਡ ਇਸ ਗਾਂ 'ਚ ਲੈ ਸਕਦਾ ਹੈ। ਅਤੇ ਜਿਹੜੀ ਇਸ ਗਾਂ 'ਚ ਬਰੀਡ ਹੋਈ ਅੱਲਾ ਦੇ ਫਜ਼ਲ ਨਾਲ, ਬ੍ਰਾਹਮਣ ਮੇਰੇ ਵੀਰਾਂ ਨੂੰ ਪਤਾ ਕਿ ਛੋਟੀ ਮੋਟੀ ਗਾਂ ਦੇ ਵਸ ਦਾ ਰੋਗ ਨਹੀਂ, ਉਹ ਛੋਟੀ ਮੋਟੀ ਗਾਂ ਦਾ ਉਹ ਬੱਚਾ ਹੀ ਹੁੰਦਾ, ਕਮ ਸੇ ਕਮ ਡੇਢ ਮਣ ਦਾ ਜੰਮਦਾ, ਦੋ ਮਣ ਦਾ, ਔਰ ਇਹ ਗਾਵਾਂ ਪੈਦਾ ਕਰ ਸਕਦੀਆਂ ਨੇ ਕਿਉਂਕਿ ਗਾਂ ਦੀ ਝੋਲੀ ਵੱਡੀ, ਗਾਂ ਦੀ ਗਿਰ ਵੱਡੀ, ਗਾਂ ਦਾ ਕੱਦ ਕਾਠ ਵੱਡਾ, ਗਾਂ ਦੀ ਲਾਮ ਵੱਡੀ, ਗਾਂ ਦਾ ਮਾਸ਼ਾਅੱਲਾ ਪੂਰਾ ਆਰਡਰ ਕੁਆਲਿਟੀ ਤੋਂ ਲੈ ਕੇ ਥਣ ਤੋਂ ਲੈ ਕੇ ਗਾਂ ਦੇ ਖੁਰ ਤੋਂ ਲੈ ਕੇ ਗਾਂ ਦੇ ਨੱਕ ਤੱਕ ਤਸੱਲੀਆਂ ਕਰਾਈਆਂ ਨੇ ਔਰ ਥਣ ਤੋਂ ਲੈ ਕੇ ਦੁੱਧ ਤੱਕ ਤਸੱਲੀਆਂ, ਇੰਜ ਦੀਆਂ ਤਸੱਲੀਆਂ ਔਰ ਸਿਰਫ਼ ਔਰ ਸਿਰਫ਼ ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਨੂੰ ਕਰਾਉਂਦਾ। ਗੱਲੀ ਬਾਤੀ ਕਦੇ ਜਾਨ ਨਹੀਂ ਜਿੱਤਿਆ ਜਾਂਦਾ, ਜਦੋਂ ਵੀ ਕੋਈ ਕਰਦਾ ਜਿੱਤਦਾ ਆਪਣੇ ਕੰਮ ਦੇ ਸਿਰ 'ਤੇ ਜਾਨ ਜਿੱਤਦਾ। ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਹਮੇਸ਼ਾ ਤੁਹਾਡੇ ਵੀਰ ਦੀ ਕੋਸ਼ਿਸ਼ ਰਹੀਏ ਕਿ ਹਰ ਵੀਰ ਦੇ ਦਿਲ 'ਚ ਜਗ੍ਹਾ ਬਣਾਵਾਂ, ਕਿਸੇ ਵੀਰ ਦੀ ਦਿਲ ਆਜ਼ਾਰੀ ਨਾ ਹੋਵੇ ਜਾਂ ਕਿਸੇ ਵੀਰ ਦਾ ਦਿਲ ਸਾਡੇ ਤੋਂ ਦੁਖੇ ਨਾ। ਅੱਲਾ ਦੇ ਹੁਕਮ ਨਾਲ ਦਿਲ ਦੁਖੇਗਾ ਵੀ ਨਹੀਂ, ਕਿਉਂਕਿ ਕੰਮ ਜਦੋਂ ਖਰਾ ਕਰਨਾ ਤਾਂ ਫਿਰ ਦਿਲ ਨਹੀਂ ਦੁਖੇਗਾ। ਜਦੋਂ ਅਸੀਂ ਗਲਤ ਕੀਤਾ ਤਾਂ ਹਰ ਭਰਾ ਸਾਡੇ ਤੋਂ ਦੂਰ ਹੋ ਜਾਏਗਾ। ਜਦੋਂ ਗਲਤ ਕੋਈ ਵੀ ਕਰਦਾ ਸਭ ਤੋਂ ਪਹਿਲੀ ਗੱਲ ਇੱਕ ਅੱਲਾ ਦੀ ਜ਼ਾਤ ਇਨਸਾਨ ਤੋਂ ਦੂਰ ਹੋ ਜਾਂਦੀ ਹੈ ਔਰ ਮਾਫ਼ੀ ਮੰਗਣਾ ਐਟ ਟਾਈਮ ਅੱਲਾ ਤੋਂ ਕਿ ਇਸੇ ਤਰੀਕੇ ਖਰਾ ਔਰ ਲਾਜਵਾਬ ਕੰਮ ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ ਕਰਦੇ ਰਹੀਏ ਔਰ ਖੂਬਸੂਰਤ ਔਰ ਹਸੀਨ ਜਾਨਵਰ ਲੈ ਕੇ ਆਪਣੇ ਵੀਰਾਂ ਲਈ ਹਾਜ਼ਰ ਹੁੰਦੇ ਰਹੀਏ। ਜਿਹਨੇ ਮੇਰੇ ਵੀਰ ਸਬਸਕ੍ਰਾਈਬਰ ਭਰਾ ਨੇ ਮੇਰੇ ਚੈਨਲ ਨਾਲ ਜੁੜੇ ਨੇ, ਮੇਰੀ ਕੋਸ਼ਿਸ਼ ਹੈ ਮੁਹੱਬਤਾਂ ਵੰਡਦੇ ਰਹਿਣ ਸਾਡੇ ਨਾਲ ਔਰ ਮੁਹੱਬਤਾਂ ਕਰਦੇ ਰਹਿਣ ਔਰ ਜਨਾਬ ਚੁਆ ਹੋ ਗਿਆ ਔਰ ਮਾਸ਼ਾਅੱਲਾ ਮਾਸ਼ਾਅੱਲਾ ਨਾਰਾ ਜਿੰਨਾ ਗਾਂ ਨੇ ਕੱਢਿਆ, ਗਾਂ ਦਾ ਹੱਕ ਬਣਦਾ ਸੀ ਇੰਨਾ ਨਾਰਾ ਦੇਣਾ ਅੱਲਾ ਦੇ ਫਜ਼ਲ ਨਾਲ। ਬਾਈ ਆਪਣਾ ਕੋਈ ਹੋਰ ਬਾਲਟੀ ਕੋਈ ਨਹੀਂ ਦੀ, ਖੁਦਾ ਜਾਂਦੇ ਵੇਚਦੇ ਪਏ ਬਾਲਟੀਆਂ ਬੇਲੀਆਂ ਨੇ ਦੋ ਹੀ ਰੱਖੀਆਂ ਹੋਈਆਂ ਸਨ ਕਿ ਦੋ ਬਾਲਟੀਆਂ ਵੀ ਗਾਂ ਬਿਰਲੀ ਵਾਂਝੀ ਭਰਦੀ ਏ, ਅਤੇ ਅੱਲਾ ਦਾ ਫਜ਼ਲ ਨੇ ਉਹਨੇ ਦੋ ਭਰ ਦਿੱਤੀਆਂ ਨਾਲ ਕੈਨ ਵੀ ਭਰ ਦਿੱਤੀ। ਇਹ ਨੇ ਗਾਂ ਦੀਆਂ ਨਸਲਾਂ, ਇਹ ਗਾਂ ਦੀ ਗੱਲਬਾਤ ਮੇਰੇ ਵੀਰਾਂ ਦੇ ਸਾਹਮਣੇ ਔਰ ਇਨਸ਼ਾਅੱਲਾ ਤਾਲਾ ਮੇਰੇ ਵੀਰਾਂ ਨੂੰ ਵੀਡੀਓ ਪਸੰਦ ਆਏਗੀ ਔਰ ਲੱਗੀ ਵੀਡੀਓ ਨੂੰ 10 ਤੋਂ 15 ਮਿੰਟ ਹੋਣੇ ਨੇ। ਇਹ ਗਾਂ ਜਿਹੜਾ ਮੇਰਾ ਵੀਰ ਭਰਾ ਦੋਸਤ ਸਾਡੇ ਨਾਲ ਮੁਹੱਬਤ ਔਰ ਚਾਹਤ ਕਰਨ ਵਾਲਾ, 5 ਮਿੰਟਾਂ ਬਾਅਦ ਉਹ ਗਾਂ ਲੈ ਲੈ ਗਏ ਇਨਸ਼ਾਅੱਲਾ ਬਾ ਫਜ਼ਲੇ ਖੁਦਾ। ਜਾਓ ਜੀ ਸੁਧੀਰ ਭਾਈ, ਇਹ ਮੇਰੇ ਵੀਰਾਂ ਸਾਹਮਣੇ ਖਾਲੀ ਬਾਲਟੀ, ਮੈਂ ਇੱਕ ਵਾਰੀ ਭਾਈ ਜਾਂਦੇ ਪੜਤਾਲ ਆ।
ਠੰਡਾ ਕਰਕੇ ਮਿਲਣਾ ਭਰਾਵਾਂ ਵਾਸਤੇ ਔਰ ਕੋਸ਼ਿਸ਼ ਕਰਾਂਗੇ ਜਿੰਨਾ ਵੀ ਠੰਡਾ ਹੋ ਗਿਆ। ਪਹਿਲਾ ਨਾਰਾ ਪਹਿਲੀ ਗੱਲ ਗਰਮ ਜਿਹੜਾ ਗਾੜਾ ਇੰਨਾ ਹੁੰਦਾ ਗਾੜਾ ਹੋਣ ਦੀ ਵਜ੍ਹਾ ਤੋਂ ਝੱਗ ਨਹੀਂ ਬਣਦੀ ਇਹਦੇ ਤੇ ਲਿਆਓ ਭਾਈ ਬਿਸਮਿਲ੍ਲਾ ਦੇ ਦੇ ਪਏ ਝੱਗ ਆਪਾਂ ਰਹਿਣ ਹੀ ਨਹੀਂ ਦਿੰਦੇ ਦੋਸਤੋ ਬਿਸਮਿਲ੍ਲਾ ਰਹਿਮਾਨ ਰਹੀਮ ਮੈਂ ਜਨਾਬ ਇੱਕ ਇਹ ਮਾਸ਼ਾਅੱਲਾ ਦੋ ਇਹ ਜਨਾਬ ਤਿੰਨ ਤਿੰਨ ਇਹ ਮਾਸ਼ਾਅੱਲਾ ਚਾਰ ਇਹ ਜਨਾਬ ਪੰਜ ਇਹ ਜਨਾਬ ਛੇ ਇਹ ਜਨਾਬ ਸੱਤ ਇਹ ਜਨਾਬ ਮਾਸ਼ਾਅੱਲਾ ਅੱਠ ਇਹ ਜੀ ਨੌ ਇਹ ਦਸ ਦਸ ਇਹ ਗਿਆਰਾਂ ਇਹ ਜਨਾਬ ਬਾਰਾਂ ਬਾਰਾਂ ਲੀਟਰ ਇਹ ਜਨਾਬ ਬੋਲਾ ਹੋ ਗਿਆ ਮੇਰੇ ਵੀਰਾਂ ਸਾਹਮਣੇ ਬਾਰਾਂ ਇਹ ਮਾਸ਼ਾਅੱਲਾ ਤੇਰਾਂ ਇਹ ਜਨਾਬ ਚੌਦਾਂ ਇਹ ਜਨਾਬ ਪੰਦਰਾਂ ਇਹ ਜਨਾਬ ਸੋਲਾਂ ਮਾਸ਼ਾਅੱਲਾ ਇਹ ਜਨਾਬ ਸਤਾਰਾਂ ਇਹ ਜਨਾਬ ਅਠਾਰਾਂ ਅਠਾਰਾਂ ਲੀਟਰ ਬੋਲਾ ਮੇਰੇ ਵੀਰਾਂ ਸਾਹਮਣੇ ਤੇ ਜਨਾਬੇ ਲਈ ਇੱਕ ਗੱਲ ਬਸ ਕੋਈ ਨੀ ਖਾਣਾ ਚ ਰਹਿਣ ਦੇ ਗਰਮ ਰਹੇਗਾ ਕੱਦ ਕਾਠ ਮੈਂ ਆਪਣੇ ਵੀਰਾਂ ਦੱਸਿਆ ਕਿ ਮੇਰੇ ਕੰਨ ਦੀ ਕਰੁੰਬਲ ਜਿੰਨਾ ਕੱਦ ਗਾਂ ਦਾ ਹਾਈਟ ਬੜੀ ਲਾਮ ਬੜੀ ਸੋਹਣਾ ਸੁਥਰਾ ਜਾਨਵਰ ਮੇਰੇ ਵੀਰਾਂ ਸਾਹਮਣੇ ਖੂਨ ਪਿੱਤ ਵੀ ਪੂਰਾ ਗਾਏ ਦੇ ਨਾ ਤਾਂ ਜਾਪੇ ਦੇ ਵਿੱਚ ਜਾਨਵਰ ਕਮ ਸੋ ਕਮ ਜਨਾਬੇ ਲਈ ਖੁੱਲਦਾ ਤੀਸਰੇ ਦਿਨ ਜਾ ਕੇ ਆਪਣਾ ਆਪ ਖਾਂਦਾ ਹੈ ਗਾਂ ਤੀਸਰੇ ਦਿਨ ਇਸ ਤੋਂ ਜ਼ਿਆਦਾ ਚਾਰਮਾ ਲੱਗੇਗੀ ਪਰ ਜਾਪੇ ਦੇ ਵਿੱਚ ਵੀ ਗਾਂ ਦਾ ਕੱਦ ਕਾਠ ਖੂਨ ਪਿੱਤ ਹਰ ਚੀਜ਼ ਨਜ਼ਰ ਆ ਰਹੀ ਹੈ ਅਸਲਾਮ ਵਾਲੇਕੁਮ ਜੀ ਜੀ ਵਾਲੇਕੁਮ ਅਸਲਾਮ ਸੁਧੀਰ ਭਾਈ ਇੱਕ ਇੱਕ ਗੱਲ ਆਪਾਂ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਨੇ ਦਿਖਾ ਵੀ ਦਿੱਤੀ ਤੇ ਦੱਸ ਵੀ ਦਿੱਤੀ ਡਿਟੇਲ ਨਾਲ ਜੀ ਤੇ ਤਾਰੀਫ ਹੋ ਸੱਚੇ ਰੱਬ ਦੀ ਇਹ ਜਾਨਵਰ ਮੇਰਾ ਮਾਸ਼ਾਅੱਲਾ ਸਾਫ ਸੁਥਰਾ ਕਿਸੇ ਗੱਲ ਦਾ ਐਬ ਕੋਈ ਨਹੀਂ ਜਿਵੇਂ ਹਰ ਗੱਲ ਤੋਂ ਪਾਕ ਨਿਕਲੀਏ ਬਿਲਕੁਲ ਉਵੇਂ ਨਿਕਲੀਏ ਜੇਰ ਗਾਂ ਨੇ ਆਪਣੀ ਨੇ ਪਾ ਲਈ ਮੁਕੰਮਲ ਜੇਰ ਪਾ ਲਈ ਜੇਰ ਦੀ ਪਿੱਛੇ ਦੀ ਜੇਰ ਦੀ ਪਿੱਛੇ ਦੀ ਚੁੰਘਣ ਦੀ ਖੁਰਾਕ ਤੇ ਆਈ ਕਿਉਂ ਪਹਿਲਣੇ ਨਾ ਇਹਨੂੰ ਹੋਏ ਤੱਕ ਦੋ ਚਾਰ ਦਿਨ ਵੰਡਾ ਪੈਣਾ ਨਾ ਗੁੜ ਪੈਣਾ ਨਹੀਂ ਪਾਣਾ ਵੀ ਨਹੀਂ ਮਿੱਠਾ ਚਾਹੀਦਾ ਅੱਲਾ ਨੇ ਚਾਹਿਆ ਜਿਵੇਂ ਖੁਰਾਕ ਤੇ ਆਈ ਇਹ 20 ਤੋਂ ਪਲੱਸ ਲੰਘੇਗੀ ਇਨਸ਼ਾਅੱਲਾ ਘਾਟ ਨਹੀਂ ਸੁਧੀਰ ਭਾਈ
ਮੁਹੱਬਤਾਂ ਤੇ ਚਾਹਤਾਂ ਵਾਲਾ ਰੇਟ ਵੀਡੀਓ ਆਪਣੀ ਅੱਜ 15 16 ਦਿਨ ਬਾਅਦ ਲੱਗਦੀ ਪਈ ਹੈ। ਜਾਨਵਰ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਕਿ ਤੇਰਾ ਇੱਥੇ ਵਿਕਦਾ ਪਿਆ, ਤੇਰਾ ਕੰਮ ਚੱਲਦਾ ਪਿਆ। ਜਿਹੜਾ ਬੰਦਾ 7-8 ਸਾਲ ਤੋਂ ਕਰਦਾ ਹੁੰਦਾ ਇੱਕ ਮਿਆਰ ਬਣ ਜਾਂਦਾ, ਇਨਸ਼ਾਅੱਲਾ ਮਿਆਰ ਬਣ ਚੁੱਕਿਆ। ਤੇਰਾ ਜਾਨਵਰ ਇੱਥੇ ਵੀ ਸੇਲ ਹੁੰਦਾ, ਇਸ ਗੱਲ ਦੀ ਖੁਸ਼ੀ। ਜਿਹੜਾ ਚੰਗਾ ਜਾਨਵਰ ਹੁੰਦਾ ਉਹਦੀ ਵੀ ਵੀਡੀਓ ਤੂੰ ਲਵਾਨ ਹੈ। ਇਹ ਨਹੀਂ ਕਿ ਜਨਾਬ ਜਿਹੜਾ ਇੱਥੇ ਨਾ ਵਿਕਦਾ ਹੋਵੇ ਤੂੰ ਤੇ ਸੱਦ ਲੈ ਤੇ ਵੀਡੀਓ ਲਾ ਦਿਓ। ਜਿਹੜਾ ਵੀ ਚੰਗਾ ਜਾਨਵਰ ਆਉਂਦਾ ਮੈਨੂੰ ਸੈਂਡ ਕਰਨਾ, ਤਬਲਾ ਮੈਂ ਜਦੋਂ ਰਾਬਤਾ ਕਰਾਂ ਤੂੰ ਆਉਣਾ ਯਾਰ ਸੇਲ ਹੋ ਗਿਆ। ਬਿਲਕੁਲ ਮੇਰਾ ਭਰਾ, ਪੱਕੀਆਂ ਜਿਹੀਆਂ ਗੱਲਾਂ, ਸੱਚੀਆਂ ਜਿਹੀਆਂ ਗੱਲਾਂ, ਲੋਹੇ ਤੋੜ ਕਰਨੀਆਂ ਨੇ ਜਿਹੜੀਆਂ ਹਮੇਸ਼ਾ ਤੇਰਾ ਆਪਣੇ ਜਿਵੇਂ ਭੈਣ ਭਾਈ ਆਪਣੇ ਨਾਲ ਰਲੇ ਨੇ ਸਾਰੇ। ਜੀ ਜੀ, ਅੱਲਾ ਦੇ ਹੁਕਮ ਨਾਲ ਸਬਸਕ੍ਰਾਈਬਰਾਂ ਵਾਸਤੇ ਅੱਜ ਫਿਰ ਮਕੂਰ ਰੇਟ ਹੋਵੇਗਾ ਵੱਛੀ ਦਾ। ਜੇ ਇਹਦਾ ਲਿਬਾਸ ਇਹਦੇ ਦੁੱਧ ਬੰਨੇ ਵੇਖਾਂ ਤੇ ਅੱਲਾ ਨੇ ਚਾਹੇ ਇਹਦਾ ਰੇਟ ਕਰਨ ਨੂੰ ਦਿਲ ਕਰਦਾ ਮੇਰਾ 4.5 ਲੱਖ ਰੁਪਇਆ, ਲੇਕਿਨ ਨਹੀਂ ਅੱਜ ਜਿਹੜਾ ਰੇਟ ਹੋਵੇਗਾ ਪੂਰੇ ਪੰਜਾਬ ਦੇ ਵਿੱਚ ਨਾ ਕੁਲਾਵੇਗਾ। ਉਹੀ ਕਰਨਾ ਪਰੇ, ਉਹੀ ਕਰਨਾ, ਬਿਲਕੁਲ ਉਹੀ, ਬਿਲਕੁਲ ਮਕੂਲ, ਬਿਲਕੁਲ। ਇਹਦਾ ਪਾਈ ਜਾਣ 3,55,000 ਰੁਪਇਆ, 3,55,000। 3,55 ਚ ਚਾਹਤਾਂ ਮੁਹੱਬਤਾਂ ਹਮੇਸ਼ਾ ਤਰ੍ਹਾਂ ਕਰੇਗਾ, ਥੋੜੀ ਬਹੁਤੀ ਹੋ ਜਾਏਗੀ ਇਨਸ਼ਾਅੱਲਾ। ਜਨਾਬ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਜਿੰਨੀ ਹੋ ਸਕੀ ਵੀਰਾਂ ਲਈ ਮੁਹੱਬਤ ਚਾਹਤ ਕਰਵਾਵਾਂਗਾ। 3,55,000 ਰੁਪਏ ਰੇਟ ਹੈ, 17 ਲੀਟਰ ਬੋਲਾ ਚ ਹੈ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ। ਬੱਚੀ ਠੀਕ 7ਵੇਂ 8ਵੇਂ ਦਿਨ ਬਾਅਦ 20+ ਦੇ ਉੱਤੇ ਜਾਏਗੀ ਖੁਰਾਕ, ਅਗਰ ਮੇਰੇ ਵੀਰਾਂ ਨੇ ਪੂਰੀ ਦਿੱਤੀ। ਗਾਂ ਦਾ ਕੱਦ ਕਾਟ ਮੇਰੇ ਕੈਮਰਾਮੈਨ ਸਭ ਦੁਬਾਰਾ ਤੋਂ ਦਿਖਾਉਂਦੇ ਨੇ, ਬੱਚੀ ਦੀ ਲਾਮ ਵੇਖ ਲੈਣ। ਔਰ ਲਾਮ ਮੈਂ ਆਪਣੇ ਵੀਰਾਂ ਦੱਸ ਦਿਆਂ, ਮੈਂ ਇੱਥੇ ਇੱਟਾਂ ਗਿਣ ਕੇ ਨਹੀਂ ਦੱਸ ਸਕਦਾ, ਮੇਰਾ ਇੰਨਾ ਦਿਲ ਕਰਦਾ ਮੈਂ ਇੱਟਾਂ ਤੋਂ ਲੈ ਕੇ ਆਖਰੀ ਇੱਟ ਤੱਕ ਦੱਸਾਂ ਕਿ ਕਿੰਨੀਆਂ ਇੱਟਾਂ ਬਣਦੀਆਂ ਨੇ, ਕਿੰਨੇ ਫੁੱਟ ਬਣਦੇ ਨੇ। ਔਰ ਮੈਂ ਤਾਂ ਦੱਸਣਾ ਚਾਹੁੰਦਾ ਮੇਰੇ ਵੀਰ ਇਹ ਨਾ ਸਮਝਣ, ਨਿੱਕੀ ਮੋਟੀ ਗਾਂ ਜਿਹੜੀ ਹੁੰਦੀ ਹੈ ਉਹਦੀ ਜਿਹੜੀ ਅਸੀਂ ਬਾਹਾਂ ਲੰਮੀਆਂ ਕਰਕੇ ਵਿਖਾ ਦੇ, ਅਸੀਂ ਲੰਮੀਆਂ ਕਰਕੇ ਗਾਂ ਡਲਦੀ ਪਈ ਹੈ, ਅਸੀਂ ਲੰਮੀਆਂ ਕਰਕੇ ਗਾਂ ਬਾਹਾਂ ਵਿਖਾ, ਹਾਲੇ ਗਾਂ ਇਕੱਠੀ ਹੋਈ ਚੜੀ। ਇਹ ਮੇਰੇ ਵੀਰ ਦੇਖ ਲੈਣ ਫਿਰ ਵੀ ਕਿੰਨੇ ਆਹ ਪਿੱਛਾ ਪਈ, ਔਰ ਇੰਨਾ ਕੱਦ ਏਡਾ ਕਾਠ ਏਡੀ ਲਾਮ ਹਰ ਗਾਂ ਦੀ ਨਹੀਂ ਹੁੰਦੀ। ਇਨਸ਼ਾਅੱਲਾ ਤਾਲਾ ਵੀਡੀਓ ਪਸੰਦ ਆਏਗੀ, ਮੈਂ ਉਮੀਦ ਕਰਨਾ ਕਿ ਅੱਲਾ ਦੇ ਘਰ 'ਚ ਮੇਰੇ ਵੀਰਾਂ ਨੂੰ ਜ਼ਰੂਰ, ਔਰ ਲੱਗੀ 15 ਮਿੰਟਾਂ ਬਾਅਦ ਜਿਹੜੇ ਗਾਂ ਨੂੰ ਸਮਝਦੇ ਨੇ ਉਹ ਲੈਣਗੇ ਗਰਮੀ ਸਰਦੀ ਦੀ ਸ਼ਹਜ਼ਾਦੀ, ਗਰਮੀ ਹਾੜ ਦੀਆਂ ਧੁੱਪਾਂ 'ਚ ਵੀ ਅੱਲਾ ਦੇ ਹੁਕਮ ਨਾਲ ਅਤੇ ਪੋਹ ਦੀਆਂ ਰਾਤਾਂ 'ਚ ਵੀ ਬਾਹਰ ਗਾਂ ਖਲੋਣ ਵਾਲੀ ਹੈ। ਗਰਮੀ ਕਰਨ ਵਾਲੀ ਸਹੂਲ ਨਹੀਂ, ਇਹ ਉਹ ਗਾਂ ਨਹੀਂ ਕਿ ਜਿਹੜੀ ਜਨਾਬੇ ਲਈ 5 ਲੱਖ ਦੀ ਜਾਂ 7 ਲੱਖ ਦੀ ਲੈ ਲਓ, ਗਰਮੀ ਤੋਂ ਵੀ ਡਰੇ ਬੰਦਾ ਅਤੇ ਸਰਦੀ ਤੋਂ ਵੀ ਡਰੇ, ਇਹਦਾ ਕੋਈ ਡਰ ਡਿੱਕਰ ਨਹੀਂ। ਅੱਲਾ ਦੇ ਹੁਕਮ ਨਾਲ ਸਾਡੇ ਤਰ੍ਹਾਂ ਜਿਵੇਂ ਦੇਸੀ ਬੰਦਿਆਂ ਤਰ੍ਹਾਂ ਲੋਹੇ ਰੰਗੀ ਗਾਂ ਹੈ। ਔਰ ਅੱਜ ਦੀ ਵੀਡੀਓ ਮੇਰੇ ਪਸੰਦ ਜਿਹੜੇ ਵੀਰ ਨੂੰ ਆਉਂਦੀ, ਜਿਹੜਾ ਖਰੀਦਣਾ ਚਾਹੁੰਦਾ ਸਾਡਾ ਰਾਬਤਾ ਨੰਬਰ ਲੈ ਸਕਦੇ ਹੋ, 0300 ਪੂਰਾ ਜੀ 510-4051, ਇਸੇ ਨੰਬਰ 'ਤੇ ਵਟਸਐਪ ਹੈ ਔਰ ਇਸੇ ਨੰਬਰ 'ਤੇ ਰਾਬਤਾ ਨੰਬਰ ਹੈ। ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਨੇਦ ਦਿਨ ਇਜਾਜ਼ਤ ਲੈਣ ਵਾਲ ਪਾਕਿਸਤਾਨ ਜ਼ਿੰਦਾਬਾਦ।